ਦੋਸਤੋ, ਅੱਜ ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਇੱਕ ਮੱਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਕੰਢੀ ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ। ਦੋਸਤਾਂ ਨਾਲ ਖੇਡ ਰਿਹਾ ਸੀ ਹੋਲੀ। ਪੁਲਿਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਸਿਪਰੀਆਂ ਦੇ ਗਊਘਾਟ ਦੇ ਲਾਗੇ ਇੱਕ ਨੌਜਵਾਨ ਦੀ ਕੰਢੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਹਿਤ ਰਾਣਾ ਪੁੱਤਰ ਗੰਧਰਵ ਸਿੰਘ ਵਾਸੀ ਪਿੰਡ ਮੁਹੱਲਾ ਬੜਲਾ ਪੁਲਿਸ ਸਟੇਸ਼ਨ ਦਸੂਹਾ, ਜੋ ਕਿ ਆਪਣੇ ਦੋਸਤਾਂ ਨਾਲ ਹੋਲੀ ਖੇਡਦੇ ਹੋਏ ਕੰਢੀ ਨਹਿਰ ਦੇ ਪੈਂਦੇ ਪਿੰਡ ਸਿਪਰੀਆਂ ਦੇ ਗਊਘਾਟ ਦੇ ਲਾਗੇ ਨਹਾਉਣ ਲੱਗੇ ਤਾਂ ਰੋਹਿਤ ਰਾਣਾ ਕੰਢੀ ਨਹਿਰ ਵਿੱਚ ਡੁੱਬ ਗਿਆ, ਜਿਸ ਨਾਲ ਉਸਨੂੰ ਤੁਰੰਤ ਨਹਿਰ 'ਚੋਂ ਬਾਹਰ ਕੱਢ ਕੇ ਹਾਜੀਪੁਰ ਦੇ ਸਰਕਾਰੀ ਹੋਸਪਿਟਲ ਵਿਖੇ ਲਿਆਂਦਿਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰ ਅਭਿਨਵ ਸ਼ਰਮਾ, ਇੱਥੇ ਮੈਂ ਐਮਰਜੈਂਸੀ ਡਿਊਟੀ CHC ਹਾਜੀਪੁਰ 'ਤੇ ਪ੍ਰੈਜੈਂਟ ਸੀਗਾ। ਪੇਸ਼ੈਂਟ ਦਾ ਨਾਮ ਸੀਗਾ ਰੋਹਿਤ ਰਾਣਾ, ਠੀਕ ਹੈ। 17 ਸਾਲ ਇਹਦੀ ਉਮਰ ਦੱਸੀ ਗਈ ਹੈ। ਇਹ ਮੁੰਡੇ ਹੋਲੀ ਖੇਡ ਰਹੇ ਸੀਗੇ ਅਤੇ ਉਸ ਤੋਂ ਬਾਅਦ ਇਹ ਨਹਿਰ 'ਚ ਨਹਾਉਣ ਚੱਲ ਗਏ ਅਤੇ ਜਿਹੜੇ ਇਹਦੇ ਦੋਸਤ ਨੂੰ ਲੈ ਕੇ ਆਏ ਸੀ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਇਹ ਨਹਿਰ 'ਚ ਡੁੱਬਣ ਕਰਕੇ ਇਹਦੀ ਲੱਤ ਫਸ ਗਈ ਸੀ ਕਿਤੇ ਨਹਿਰ 'ਚ ਨਾ, ਅਤੇ ਉਹਦੇ ਕਰਕੇ ਇਹਨੇ ਕਾਫ਼ੀ ਸੰਘਰਸ਼ ਕੀਤਾ ਪਰ ਇਹਨੂੰ ਕੱਢਣ 'ਚ ਕਾਫ਼ੀ ਟਾਈਮ ਲੱਗ ਗਿਆ ਅਤੇ ਜਿਸ ਟਾਈਮ ਇਹ ਹੋਸਪਿਟਲ ਤੱਕ ਲੈ ਕੇ ਆਏ ਸੀ ਮੁੰਡੇ ਨੂੰ ਉਦੋਂ ਤੱਕ ਤਾਂ ਮੁੰਡੇ ਦੀ ਡੈਥ ਹੋ ਚੁੱਕੀ ਸੀਗੀ ਅਤੇ ਜਿੱਦਾਂ ਇਹਨੂੰ ਲਿਆਇਆ ਸੀ CPR ਕੀਤਾ ਅਤੇ ਨਾਲ ਹੀ ECG ਵਗੈਰਾ ਕਰਾਈ ਸੀਗੀ ਅਤੇ ECG 'ਚ ਵੀ ਇਹਦੇ ਇਹੀ ਪੁਸ਼ਟੀ ਹੋਈ ਕਿ ਹੈ ਨਹੀਂ ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਇਨਫੋਰਮ ਕਰਤੀ ਹੈ ਅਤੇ ਇਹਨਾਂ ਦੇ ਘਰਦਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੇਖੋ ਕੀ ਕਾਰਵਾਈ ਬਣਦੀ ਹੈ ਉਹਦੇ ਹਿਸਾਬ ਨਾਲ ਕਰਨਗੇ। ਇਹ ਜੀ ਇੱਕ ਡਾਕਟਰੀ ਕਿੱਟ ਆਈ ਸੀ ਥਾਣਾ ਹਾਜੀਪੁਰ ਵਿਖੇ ਵੀ ਇੱਕ ਲੜਕੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋਈ ਹੈ। ਇਹ ਲੜਕੇ ਦਾ ਨਾਮ ਰੋਹਿਤ ਕੁਮਾਰ ਸਨ ਆਫ ਰੋਹਿਤ ਰਾਣਾ ਸਨ ਆਫ ਗੁਰਦਰਬ ਸਿੰਘ ਵਾਸੀ ਬਟਲਾ PSI ਜ਼ੂਆ। ਇਸ 'ਤੇ ਹੁਣ ਆਏ ਹਾਂ ਹੋਸਪਿਟਲ, ਬਾਕੀ ਅਜੇ ਦੀ ਕਾਰਵਾਈਆਂ ਦੇ ਵਾਰਸ ਆਉਂਦੇ ਨੇ ਮੌਕੇ 'ਤੇ, ਵਾਰਸਾਂ ਨੂੰ ਪੁੱਛ ਕੇ ਜੋ ਜਿੱਦਾਂ ਵੀ ਕਹਿਣਗੇ ਉਸ ਅਗਲੀ ਕਾਰਵਾਈ ਕਰਾਂਗੇ।